ਅਸੀਂ ਸਾਡਾ ਜਿਹੜਾ ਮਸਲਾ ਇੱਕ ਬਲਜਿੰਦਰ ਸਿੰਘ ਜਿਹੜਾ ਸਾਧ ਸੀਗਾ ਚਰਨ ਘਾਟਲਾ ਜਗਰਾਓ ਤੋਂ, ਉਹ ਜਿਹੜਾ ਕੇਸ ਇਸ 20 ਦਿਨ ਪਹਿਲੋਂ 1 ਸਤੰਬਰ ਨੂੰ ਹੁੰਦਾ ਵਾ, ਉਸ ਸੰਬੰਧ ਦੇ ਵਿੱਚ ਅਸੀਂ ਜੋ ਕੁਛ ਜਾਣਕਾਰੀਆਂ ਵੀ ਇਹ 20 ਦਿਨ ਦੇ ਵਿੱਚ ਕੀ ਚੱਲਿਆ, ਬਾਬੇ ਦੇ ਉੱਤੇ ਬਲਾਤਕਾਰ ਦਾ ਦੋਸ਼ ਲੱਗਣਾ, ਕੇਸ ਦਰਜ ਹੋ ਕੇ ਉਹਦਾ ਜੇਲ੍ਹ ਜਾਣਾ, ਅਤੇ ਫਿਰ 10 ਦਿਨਾਂ ਦੇ ਵਿੱਚ ਬਾਬੇ ਦਾ ਕੇਸ ਕਿਵੇਂ ਉਹਨਾਂ ਨੇ ਰਿਜੈਕਟ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ DSP ਜਸਜੋਤ ਸਿੰਘ ਨੇ, ਕਿਵੇਂ ਉਹ ਗੱਲਬਾਤ ਕੀਤੀ ਹੈ ਅਤੇ ਕਿਵੇਂ ਸਾਨੂੰ ਧਮਕੀਆਂ ਆਈਆਂ, ਉਸ ਸੰਬੰਧ ਦੇ ਵਿੱਚ 20 ਦਿਨ ਬਾਅਦ ਫਿਰ ਇੱਕ ਰੇਪ ਦਾ ਪਰਚਾ ਬਾਬੇ 'ਤੇ ਹੋ ਜਾਣਾ, ਅਤੇ ਫਿਰ ਸਾਨੂੰ ਫੋਨ ਆਉਣੇ ਧਮਕੀ ਮਾਰਨ ਦੇ, ਅਤੇ ਉਸ ਸੰਬੰਧ ਦੇ ਵਿੱਚ ਅਸੀਂ ਜਿਹੜੀ ਜਾਣਕਾਰੀ ਦੇਣਾ ਚਾਹੁੰਦੇ ਹਾਂ। ਇਹ ਜੋ ਗੱਲ ਹੈਗੀ ਆ ਧਮਕੀਆਂ ਦੁਬਾਰਾ, ਇੱਕ ਤਾਂ ਬਾਬਾ ਵੀ ਆ, ਬਾਬੇ ਦੇ ਸਮਰਥਕ ਆ, ਉਹਨਾਂ ਨੇ ਬਾਹਰਲੇ ਬਾਬੇ ਦਾ ਨਾਮ ਬਲਜਿੰਦਰ ਸਿੰਘ ਆ, ਚਰਨ ਘਾਟ ਅਖਾੜੇ ਵਾਲੀ ਨਹਿਰ 'ਤੇ ਜਿਹੜਾ ਜਗਰਾਓਂ ਤੋਂ ਰਾਏਕੋਟ ਨੂੰ ਜਾਂਦਿਆਂ ਰਾਹ 'ਤੇ ਡੇਰਾ, ਅਤੇ ਉਹ ਆ, ਅਤੇ ਉਹਦੇ ਨਾਲ ਰਲੇ ਹੋਏ ਮੁਖੀ ਆ, ਉਹ ਮੌਜੂਦਾ ਸਿਟੀ ਜਗਰਾਓਂ ਤੋਂ DSP ਆ ਜਸਜੋਤ ਸਿੰਘ, ਉਹਨਾਂ ਨੇ ਡਾਇਰੈਕਟ ਆਪਦੇ ਫੋਨ ਤੋਂ ਨਹੀਂ, ਪਰ ਉਹਦੇ ਸਮਰਥਕ ਸਾਨੂੰ ਦੇ ਰਹੇ ਆ, ਉਹਨਾਂ ਦਾ ਨਾਂ ਲੈ ਕੇ ਕਹਿ ਰਹੇ ਆ ਸਾਨੂੰ, ਸਾਡੇ ਕੋਲ ਪ੍ਰੂਫ ਨੇ। ਨਹੀਂ ਨਹੀਂ ਉਹ ਕੁਛ ਵੀ ਸਾਹਮਣੇ ਨਹੀਂ ਆਏ, ਡੇਰਾਵਾਦ ਦੇ ਜਿੰਨੇ ਬਾਬੇ ਨੇ ਉਹ ਸਾਹਮਣੇ ਨਹੀਂ ਆਏ, SGPC ਵਾਲਿਆਂ ਦਾ ਵੀ ਕੋਈ ਰੋਲ ਸਾਹਮਣੇ ਨਹੀਂ ਆਇਆ ਗਾ, ਪਰ ਇਹਨਾਂ ਦੇ ਵਿੱਚ ਇੱਕ ਬਾਬੇ ਦਾ ਸਮਰਥਕ ਹੈਗਾ ਕੁਲਵੰਤ ਸਿੰਘ ਸੋਤਾ, ਉਹਦਾ ਨਾਮ ਆ, ਕੋਈ ਪੱਤਰਕਾਰ ਹੋਊਗਾ ਉੱਥੋਂ ਜਗਰਾਓਂ ਤੋਂ, ਉਹ ਸਾਰੀ ਖੇਡ ਖੇਡ ਰਿਹਾ ਹੈ। ਅਸਲ ਦੇ ਵਿੱਚ ਗੱਲ ਇਉਂ ਆ ਵੀ ਅਸੀਂ ਤੁਹਾਨੂੰ 3 ਵੀਡੀਓ ਦੇਵਾਂਗੇ ਇੱਕ ਲੜਕੀ ਦੀਆਂ, ਜਿੱਥੋਂ ਕਹਾਣੀ ਸ਼ੁਰੂ ਹੁੰਦੀ ਆ, ਅਸੀਂ ਛੇਤੀ ਕਹਾਣੀ ਤੁਹਾਨੂੰ ਦੱਸ ਦਿੰਦੇ ਹਾਂ, ਤੁਹਾਡੇ ਜਿਹੜੀ ਹੈਗੀ ਸਮਝ ਆ ਜੂਗੀ। 31 ਤਰੀਕ 8ਵੇਂ ਮਹੀਨੇ ਦੀ ਨੂੰ ਇੱਕ ਲੜਕੀ ਮਹਿਰੋ ਪਿੰਡ ਵਿੱਚ ਜਾਂਦੀ ਆ ਮੇਰੇ ਘਰੇ, ਨੋਵਾ ਗੱਡੀ 'ਤੇ ਆਉਂਦੀ ਆ, ਮਾਤਾ ਜੀ ਹੁਣੀ ਬਾਰ ਖੋਲਦੇ, ਮੰਮੀ ਜੀ ਹੁਣੀ ਘਰੇ ਹੁੰਦੇ, ਇਕੱਲੇ ਹੁੰਦੇ, ਨਾਲ ਇੱਕ ਲੜਕੀ ਅਤੇ ਨਾਲ ਇੱਕ ਡਰਾਈਵਰ ਹੁੰਦਾ, ਅਤੇ ਉਹ ਐਂਟਰ ਹੁੰਦੇ ਆ, ਜਿਹਦੀਆਂ CCTV ਰਿਕਾਰਡਿੰਗ ਅਸੀਂ ਤੁਹਾਨੂੰ ਦੇ ਦੇਵਾਂਗੇ, ਤੁਸੀਂ ਵੀਡੀਓ ਦੇ ਵਿੱਚ ਉਹ ਚਲਾਉਣੀਆਂ। ਰਮਨਦੀਪ ਕੌਰ ਨਾਮ ਆ, ਜਗਰਾਓਂ ਸ਼ਹਿਰ ਦੀ ਰਹਿਣ ਵਾਲੀ ਆ, ਉਹ ਮਾਤਾ ਜੀ ਕੋਲ ਆਉਂਦੀ ਆ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਆ ਵੀ ਮੇਰੇ ਨਾਲ 2 ਸਾਲ ਤੋਂ ਜਬਰ ਜਨਾਹ ਹੋ ਰਿਹਾ ਸੀਗਾ ਧੱਕੇ ਨਾਲ, ਅਤੇ ਹੁਣ ਉਹ ਬੰਦਿਆਂ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਹੈ, ਅਤੇ ਮੈਂ ਚਾਹੁੰਦੀ ਹਾਂ ਵੀ ਅੰਮ੍ਰਿਤਪਾਲ ਸਿੰਘ ਮਹਿਰੋ ਮੇਰੀ ਮਦਦ ਕਰੇ, ਮੈਂ ਉਹਨਾਂ ਕੋਲ ਨਹੀਂ ਗਿਆ, ਉਹ ਸਾਡੇ ਘਰ ਆਏ, ਉਹ ਵੀ ਸਾਡੀ ਗੈਰ ਹਾਜ਼ਰੀ ਦੇ ਵਿੱਚ। ਮਾਤਾ ਜੀ ਹੁਣਾਂ ਦਾ ਘਰੋਂ ਮੈਸੇਜ ਮਿਲਦਾ ਵੀ ਪੁੱਤ ਵੀ ਜਿੱਥੇ ਤੁਸੀਂ ਇੰਨੇ ਕਾਰਜ ਕਰਦੇ ਹਾਂ ਉੱਥੇ ਇੱਕ ਲੜਕੀ ਦਾ ਘਰ ਹੋਰ ਵਸਾ ਦਿੱਤਾ ਜਾਵੇ। ਅਸੀਂ ਕਹਿੰਦੇ ਕੋਈ ਨਾ ਮਾਤਾ ਜੀ, ਜੇ ਤੁਹਾਡਾ ਹੁਕਮ ਆ ਤਾਂ ਅਸੀਂ ਅੱਜ ਹੀ ਇਹ ਕਾਰਜ ਕਰਾਂਗੇ। ਅਸੀਂ ਲੜਕੀ ਦਾ ਨੰਬਰ ਜਿਹੜਾ ਮਾਤਾ ਜੀ ਨੂੰ ਘਰੇ ਹਜੇ ਵੀ ਉਹ ਉਵੇਂ ਪਿਆ ਵਾ ਵੀ ਸਾਡੇ ਘਰੇ ਮੇਰੀ ਡਾਇਰੀ ਦੇ ਉੱਤੇ ਰਮਨਦੀਪ ਕੌਰ ਜਗਰਾਓਂ ਤੋਂ ਆਪਦਾ ਐਡਰੈਸ ਅਤੇ ਫੋਨ ਨੰਬਰ ਲਿਖ ਕੇ ਆਪਦੇ ਹੱਥੀ ਆਉਂਦੀ ਆ, ਅਤੇ ਉਹ ਡਾਇਰੀ ਉਵੇਂ ਹੀ ਪਈ ਆ। ਉਸ ਨੰਬਰ ਨੂੰ ਮੈਂ ਘਰਦੇ ਤੋਂ ਲੈ ਕੇ ਵਟਸਐਪ ਕਰਦਾ ਅਤੇ ਵੇਖਦਾ 15 ਦਿਨ ਪਹਿਲਾਂ ਬਹੁਤ ਫੋਨ ਮੈਸੇਜ ਆਏ ਆ ਜੋ ਮੈਨੂੰ ਪਤਾ ਨਹੀਂ ਲੱਗੇਗੇ, ਅਤੇ ਮੈਂ ਕਿਹਾ ਵੀ ਭੈਣੇ ਜਿਹੜੀ ਗੱਲਬਾਤ ਹੈਗੀ ਮੈਨੂੰ ਵੀਡੀਓ ਬਣਾ ਕੇ ਆਪਦੀ ਭੇਜ ਦਿਓ ਅਤੇ ਅਸੀਂ ਉਸ 'ਤੇ ਐਕਸ਼ਨ ਜ਼ਰੂਰ ਲਵਾਂਗੇ। ਉਹਨਾਂ ਨੇ ਹੁਣ ਦੂਜੀ ਵੀਡੀਓ ਜਿਹੜੀ ਤੁਹਾਨੂੰ ਚੱਲੂਗੀ ਅੱਗੇ ਦੇਵਾਂਗੇ, ਉਹਨੇ ਮੈਨੂੰ ਆਪਦੇ ਘਰੋਂ ਜਗਰਾਓਂ ਤੋਂ ਆਪਦੇ ਕਮਰੇ 'ਚ ਬਹਿ ਕੇ ਉਹ ਵੀਡੀਓ ਬਣਾ ਕੇ ਦਿੱਤੀ ਆ ਵੀ ਬਾਬਾ ਬਲਜਿੰਦਰ ਸਿੰਘ ਚਰਨ ਘਾਟਾਲਾ 2 ਸਾਲ ਤੋਂ ਅਸੀਂ ਰਿਲੇਸ਼ਨ 'ਚ ਦੇ ਵਿੱਚ ਸੀ, ਕਿਉਂਕਿ ਬਲੈਕਮੇਲ ਕਰਕੇ ਮੈਨੂੰ ਉਹਨੇ ਰਿਲੇਸ਼ਨ 'ਚ ਰੱਖਿਆ ਹੋਇਆ ਸੀ। ਇੱਕ ਚੌਂਕੀ ਮਾਨ ਤੋਂ ਕੋਈ ਡਰਾਈਵਰ ਸੀ, ਟਰੱਕ ਡਰਾਈਵਰ, ਜਿਹਦੇ ਨਾਲ ਮੈਂ ਰਿਲੇਸ਼ਨ 'ਚ ਸੀ, ਰਮਨਦੀਪ ਕੌਰ ਨੇ ਮੈਨੂੰ ਕਿਹਾ ਵੀ ਉਦੋਂ ਬਾਅਦ ਮੈਂ ਬਾਬੇ ਕੋਲ ਗਈ ਹਾਂ ਵੀ ਮੈਨੂੰ ਉਹ ਬੰਦਾ ਪਰੇਸ਼ਾਨ ਕਰਦਾ, ਬਾਬੇ ਨੇ ਮੇਰੇ ਕੋਲੋਂ ਉਹ ਸਾਡੀਆਂ ਦੋਵਾਂ ਦੀਆਂ ਫੋਟੋ ਵੀਡੀਓ ਲਈਆਂ ਜਿਹਦੇ ਆਧਾਰਿਤ 'ਤੇ ਮੇਰੇ ਨੂੰ ਸਰੀਰਕ ਸੰਬੰਧ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਲੈ ਕੇ ਆਇਆ। ਉਹ ਵੀਡੀਓ ਬਣਾ ਕੇ ਉਹਨੇ ਮੈਨੂੰ ਵਟਸਐਪ 'ਤੇ ਫਾਰਵਰਡ ਕੀਤੀ ਆਪਦੇ ਵਟਸਐਪ ਤੋਂ। ਜਦੋਂ ਮੈਂ ਵੇਖਿਆ ਵੀ ਇਹ ਇੱਕ ਗੁਰਦੁਆਰਾ ਸਾਹਿਬ ਦਾ ਮਸਲਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਹੋਣ ਦਾ ਮਸਲਾ, ਇੱਕ ਗੁਰੂ ਘਰ ਦੇ ਮੁਖੀ ਨੇ ਇੱਕ ਇਹ ਘਿਨਾਉਣੀ ਕਰਤੂਤ ਕੀਤੀ ਆ, ਅਤੇ ਅਸੀਂ ਇਹ ਸੂਰਜ ਛਿਪਣ ਤੋਂ ਪਹਿਲਾਂ ਐਕਸ਼ਨ ਕਰਨਾ ਚਾਹੀਦਾ, ਨਹੀਂ ਤਾਂ ਸਿੱਖਾਂ ਦੇ ਨਾਲ ਇਹ ਗੱਲਬਾਤ ਹੋਊਗੀ ਵੀ ਜਿਨ੍ਹਾਂ ਨੇ ਉਪਦੇਸ਼ ਦੇਣੇ ਸੀ ਉਹਨਾਂ ਨੇ ਸਾਡੀਆਂ ਧੀਆਂ ਦੇ ਬਲਾਤਕਾਰ ਕੀਤੇ ਆ। ਫਿਰ ਅਸੀਂ
ਜਗਰਾਓਂ ਨੂੰ ਜਾਂਦੇ ਹਾਂ। ਜਗਰਾਓਂ ਦੇ ਵਿੱਚ ਮੈਂ ਆਪਦੀ ਗੱਡੀ ਦੇ ਉੱਤੇ ਜਾਂਦਾ। ਜਦੋਂ ਜਗਰਾਓਂ ਜਾ ਕੇ ਮੈਂ ਉਸ ਕੁੜੀ ਨੂੰ ਫੋਨ ਲਾਉਂਦਾ ਵੀ ਭੈਣੇ ਅਸੀਂ ਆ ਗਏ ਤੂੰ ਸਾਨੂੰ ਮਿਲ। ਗੱਡੀ ਦੇ ਵਿੱਚ ਬਹਿੰਦੀ ਆ, ਮੈਂ ਫਿਰ ਹੁਣ ਤੀਜੀ ਵੀਡੀਓ ਜਿਹੜੀ ਤੁਸੀਂ ਚਲਾਉਣੀ ਉਹ ਦਿੰਦਾ। ਮੈਂ ਵੀਡੀਓ ਦੇ ਵਿੱਚ ਕੈਮਰਾ ਚੱਲ ਰਿਹਾ ਉਹਨੂੰ ਪੁੱਛਦਾ, ਭੈਣੇ ਤੂੰ ਸਾਡੇ ਘਰ ਕਿਉਂ ਗਈ ਸੀ? ਉਹ ਸਾਰਾ ਕੁਝ ਦੱਸ ਰਹੀ ਆ ਵੀ ਹਾਂ ਮੈਂ ਵੀਰੇ ਗਈ ਸੀ, ਆਹ ਮਸਲਾ, ਆਹ ਹੁਣ ਗੱਲਬਾਤ ਹੋਈ ਹੈ ਅਤੇ ਇੱਥੇ ਆ ਅਤੇ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ ਅਤੇ ਮੈਨੂੰ ਬਾਬਾ ਮਾਰਨ ਦੀਆਂ ਧਮਕੀਆਂ ਦਿੰਦਾ। ਅਤੇ ਮੈਂ ਕਿਹਾ ਭੈਣੇ ਅਸੀਂ ਤੇਰੀ ਪੂਰੀ ਮਦਦ ਕਰਾਂਗੇ। ਉਸ ਤੋਂ ਬਾਅਦ ਅਸੀਂ ਬਾਬਾ ਬਲਜਿੰਦਰ ਸਿੰਘ ਦੇ ਡੇਰੇ 'ਤੇ ਜਾਂਦਾ ਮੈਂ। ਜਦੋਂ ਜਾਂਦੇ ਉੱਥੇ ਸਾਨੂੰ ਰੁਕਣ ਲਈ ਕਿਹਾ ਦਿੱਤਾ ਜਾਂਦਾ, ਅਸੀਂ ਹੋਰ ਕਿਤੇ ਰੁਕਦੇ ਹਾਂ ਕਮਰੇ 'ਚ ਉਸੇ ਸਥਾਨ 'ਤੇ। ਅੱਧੇ ਪੌਣੇ ਘੰਟੇ ਬਾਅਦ ਸਾਨੂੰ ਡੇਰੇ ਦੇ ਭੋਰੇ 'ਚ ਸੱਦਿਆ ਜਾਂਦਾ। ਬਾਬਾ ਆਉਂਦਾ, ਸਾਡੇ ਨਾਲ ਦੇ ਸਿੰਘ ਹੁੰਦੇ, ਉੱਥੇ ਹੋਰ ਵੀ ਨਾਇਕ ਸਿੰਘ ਹੁੰਦੇ ਆ ਜਿਹੜੇ ਸਾਨੂੰ ਪਛਾਣ ਲੈਂਦੇ, ਸਾਡੇ ਨਾਲ ਜਾਂਦੇ ਆ। ਬਾਬਾ ਪ੍ਰਵਚਨ ਜਿਹਾ ਦੇਣ ਲੱਗ ਜਾਂਦਾ। ਜਦੋਂ ਗੱਲਬਾਤ ਕਰਦੇ 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 ਮੈਂ ਕਿਹਾ, ਬਾਬਾ ਜੀ ਅਸੀਂ ਇੱਥੇ ਨਾਲ ਦੇ ਪਿੰਡ ਜ਼ਰੂਰੀ ਕਾਰਜ ਲਈ ਆਏ ਹੋਏ ਹਾਂ, ਦੂਜੀ ਗੱਲ ਮੈਂ ਜਿਹੜੀ ਵੀ ਗੱਲ ਕਰੂੰਗਾ, ਮੈਂ ਗੁਟਕਾ ਸਾਹਿਬ ਲੈ ਕੇ ਆਉਣਾ ਸੀ, ਮੈਨੂੰ ਰਸਤੇ 'ਚੋਂ ਮਿਲਿਆ ਨਹੀਂ, ਪਰ ਮੈਂ ਇਹ ਕਹਿੰਦਾ ਵੀ ਮਹਾਰਾਜ ਹਾਜ਼ਰ ਨੇ ਅਤੇ ਮੈਂ ਇਹ ਸਿੱਖ ਸਹੁੰ ਤਾਂ ਨਹੀਂ ਖਾਂਦਾ ਪਰ ਦੁਨੀਆ ਮੰਨਦੀ ਹੋਊਗੀ, ਮੈਂ ਸਹੁੰ ਖਾ ਕੇ ਗੱਲ ਕਰਦਾ, 1% ਵੀ ਗੱਲ ਇੱਧਰੋਂ ਇੱਧਰ ਨਹੀਂ ਹੋਊਗੀ, ਜਿਹੜੀ ਗੱਲ ਅੱਜ ਹੋਈ ਸੀ ਅਤੇ ਅੱਜ ਤੱਕ ਹੋ ਰਹੀ ਆ ਉਹ ਦੱਸਾਂਗੇ। ਬਾਬਾ ਬਲਜਿੰਦਰ ਸਿੰਘ ਨੂੰ ਮੈਂ ਕਿਹਾ ਵੀ ਨਾਲ ਦੇ ਪਿੰਡ ਇੱਕ ਰੇਪ ਹੋਇਆ ਸੀ 2 ਸਾਲ ਪਹਿਲਾਂ, ਉਹਦੇ ਪ੍ਰੂਫ ਸਾਨੂੰ ਹੁਣ ਮਿਲਿਆ ਅਤੇ ਅਸੀਂ ਉੱਥੇ ਚੱਲੇ ਹਾਂ, ਤੁਸੀਂ ਐਜ਼ ਏ ਇੱਕ ਗੁਰੂ ਘਰ ਦੇ ਮੁਖੀ ਹੋਣ ਦੇ ਨਾਤੇ ਜੇ ਸਾਨੂੰ ਲੋੜ ਪਈ ਤਾਂ ਸਾਡਾ ਸਿੱਖਾਂ ਦਾ ਸਾਥ ਦਿਓ। ਉਹ ਕਹਿੰਦੇ ਠੀਕ ਆ। ਗੱਲਬਾਤ ਕਰਦੇ ਕਰਦੇ ਮੈਂ ਫੋਨ ਕੱਢਿਆ ਜੇਬ 'ਚੋਂ ਅਤੇ ਬਾਬੇ ਨੂੰ, ਬਾਬੇ ਦੀ ਉਸ ਜਿਹੜੀ ਮੈਂ ਹੁਣ ਮਸ਼ੂਕ ਕਹੂੰਗਾ ਵੀ ਉਹਦਾ ਮੈਂ ਇਸਤਰੀ ਦੀ ਫੋਟੋ ਦਿਖਾ ਦਿੱਤੀ, ਬਾਬਾ ਜੀ ਇਹਦਾ ਰੇਪ ਹੋਇਆ 2 ਸਾਲ ਪਹਿਲਾਂ। ਬਾਬੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ, ਬਾਬਾ ਉਦੋਂ ਹੀ ਸਾਰਿਆਂ ਨੂੰ ਕਹਿੰਦਾ ਵੀ ਬਾਹਰ ਹੋ ਜਾਓ, ਮੈਂ ਜ਼ਰੂਰੀ ਗੱਲ ਕਰਨੀ ਆ। ਜਦੋਂ ਜਾਂਦੇ ਹਾਂ ਤਾਂ ਬਾਬਾ ਉਦੋਂ ਹੀ ਥੱਲੇ ਆ ਜਾਂਦਾ ਆਪਦੀ ਗੱਦੀ ਤੋਂ ਵੀ ਮੈਨੂੰ ਬਖਸ਼ੋ। ਮੈਂ ਕਿਹਾ ਬਾਬਾ ਜੀ ਮੈਂ ਇਹ ਨਹੀਂ ਕਹਿਣ ਆਇਆ ਵੀ ਰੇਪ ਤੁਸੀਂ ਕੀਤਾ, ਮੈਂ ਇਹ ਕਲੀਅਰ ਕਰਨ ਆਇਆ ਤੁਹਾਡੇ 'ਤੇ ਦੋਸ਼ ਲੱਗਾ, ਸਾਡੇ ਕੋਲ ਫੋਟੋ ਵੀਡੀਓ ਕਾਲ ਰਿਕਾਰਡਿੰਗਾਂ ਆਈਆਂ ਨੇ, ਅਸੀਂ ਕਦੇ ਤੁਹਾਨੂੰ ਮਿਲੇ ਨਹੀਂ, ਤੁਸੀਂ ਸਾਨੂੰ ਆਪਦੇ ਮੂੰਹੋਂ ਦੱਸਣਾ ਤੁਸੀਂ ਹੈ ਕਿ ਨਹੀਂ ਹੈ। ਕਹਿੰਦਾ ਜੀ ਮੈਂ ਹੀ ਹਾਂ, ਪਰ ਤੁਸੀਂ ਇਸ 'ਤੇ ਮਿੱਟੀ ਪਾਉਣੀ ਹੈ ਜਿਵੇਂ ਮਰਜ਼ੀ ਪਾਓ। ਮੈਂ ਕਿਹਾ ਵੀ ਗੱਲ ਹੁਣ ਸ਼ੁਰੂ ਹੋ ਗਈ ਆ ਅਤੇ ਪਹਿਲੋਂ ਇਹ ਗੱਲ ਮੈਂ ਦੱਸਦਾ ਵੀ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਸਮਝੌਤਾ ਨਹੀਂ ਹੋ ਸਕਦਾ, ਤੁਸੀਂ ਇਹ ਦੱਸਣਾ ਵੀ ਗੱਲ ਨੂੰ ਨਿਬੇੜੋਗੇ ਕਿਵੇਂ। ਉਹ ਕਹਿੰਦੇ ਕਿਵੇਂ ਨਿਬੜਨਾ ਚਾਹੀਦਾ। ਮੈਂ ਕਿਹਾ ਵੀ ਜਿਹੜੀ ਲੜਕੀ ਸਾਡੇ ਕੋਲ ਉੱਠ ਗਈ ਆ ਵੀ ਮੇਰੀ ਮਦਦ ਕੀਤੀ ਜਾਵੇ, ਸਿੰਘ ਮੇਰੀ ਮਦਦ ਕਰਨ, ਅਸੀਂ ਉਹਨੂੰ ਹੀ ਪੁੱਛਾਂਗੇ ਵੀ ਤੂੰ ਇਸ ਜਿਹੜੀ ਘਟਨਾ ਵਾਪਰੀ ਆ ਤੇਰੇ ਨਾਲ ਸਰੀਰਕ ਸੰਬੰਧ ਬਣਾਉਣ ਸੰਬੰਧੀ, ਅਤੇ ਤੂੰ ਇਹਦੇ 'ਚ ਕੀ ਮੰਗ ਰੱਖਦੀ ਆ, ਤੂੰ ਕਿਵੇਂ ਸੈਟਿਸਫਾਈ ਹੋਏਗੀ, ਉਹ ਤੇਰਾ ਫੈਸਲਾ। ਗੁਰੂ ਘਰ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਸਾਧ ਨੇ ਇੱਕ ਬੀਬੀ ਦੇ ਨਾਲ ਸਰੀਰਕ ਸੰਬੰਧ ਬਣਾਇਆ, ਉਹਦੀ ਸਜ਼ਾ ਕੀ ਦੇਣੀ, ਉਹ ਸਿੰਘਾਂ ਦਾ ਫੈਸਲਾ, ਇਹ ਨਿਬੜਨਾ ਹੀ ਨਹੀਂ ਹੈ। ਲੜਕੀ ਦੇ ਘਰ ਜਾਂਦੇ ਆ, ਉਹਨੇ 6 ਲੱਖ ਰੁਪਈਏ ਦੀ ਮੰਗ ਕੀਤੀ ਆ ਵੀ ਜੇ ਵਿਆਹ ਨਹੀਂ ਹੁੰਦਾ ਵੀ ਮੈਨੂੰ ਇਹਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ, ਐਵੇਂ ਮੈਨੂੰ ਮਾਰ ਦੂਗਾ ਜੇ ਮੈਨੂੰ 5-6 ਲੱਖ ਮਿਲਦਾ ਉਹ ਤਾਂ ਮੈਂ ਲੈ ਲਾਂ, ਉਹਦੀ ਮਾਂ ਬਿਮਾਰ ਸੀ। ਅਸੀਂ ਆਏ ਅਤੇ ਬਾਬੇ ਨੂੰ ਕਿਹਾ 6 ਲੱਖ ਰੁਪਈਆ ਦੀ ਮੰਗ ਹੋਈ ਆ। ਬਾਬਾ ਕਹਿੰਦਾ ਵੀ ਤੈਨੂੰ ਤਾਂ ਮੈਂ 1-2 ਲੱਖ ਦੇ ਦੂੰ, ਉਹਨੂੰ ਨਹੀਂ ਦੇਣਾ ਗਾ ਵੀ ਆਉਂਦਾ ਜਾਂਦਾ ਰਿਹਾ ਕਰ, ਡੇਰਾ ਵੀ ਤੇਰਾ, ਜਿਵੇਂ ਕਹੇਗਾ ਤੂੰ ਜਦੋਂ ਡੇਰੇ 'ਤੇ ਆ ਕਰੇਂਗਾ ਮੈਂ ਗੱਦੀ ਛੱਡ ਦਿਆ ਕਰੂੰਗਾ, ਪਰ ਇਸ ਚੀਜ਼ ਨੂੰ ਤੂੰ ਖਤਮ ਕਰ ਸਕਦਾ। ਮੈਂ ਕਿਹਾ ਵੀ ਇਹ ਕਦੇ ਨਹੀਂ ਹੋਣਾ। ਅਸੀਂ ਫਿਰ ਲੜਕੀ ਕੋਲ ਜਾਂਦੇ ਹਾਂ, ਉਹ ਕਹਿੰਦੇ ਵੀ ਨਹੀਂ ਵੀਰੇ ਵੀ ਮੈਂ ਖਤਰੇ ਦੇ ਵਿੱਚ ਆ, ਮੈਨੂੰ ਉਹਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਈਆਂ। ਅਸੀਂ ਬਾਬੇ ਕੋਲ ਫਿਰ ਆਉਂਦੇ, ਮੈਂ ਕਿਹਾ ਬਾਬਾ ਜੀ ਸਿਧਾਂਤਾਂ ਦੀ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਲੜਕੀ ਨੂੰ ਦੱਸੋ। ਬਾਬੇ ਨੇ ਕਿਹਾ ਵੀ ਮੈਂ ਕੁਛ ਨਹੀਂ ਦੇ ਸਕਦਾ। ਅਸੀਂ ਕਿਹਾ ਅਸੀਂ ਕੁਛ ਲੈਣਾ ਨਹੀਂ, ਆਪਾਂ ਕੱਲ੍ਹ ਨੂੰ ਮਿਲਾਂਗੇ। ਫਿਰ ਅਸੀਂ ਇੱਕ ਉਸੇ ਡੇਰੇ ਦੇ ਸੇਵਾਦਾਰ ਨੂੰ ਮਿਲਦੇ ਹਾਂ, ਉਹਨੂੰ ਮੈਂ ਕਹਿੰਦਾ ਵੀ ਜਾ ਕੇ ਆਪਦੇ ਬਾਬੇ ਨੂੰ ਪੁੱਛ ਲਾ, ਸੋਢੀ ਸੰਪਰਦਾ ਦਾ ਬੰਦਾ, ਜੇ ਸਾਡੇ ਤੋਂ ਕਿਸੇ ਗੱਲ ਦਾ ਡਰ ਆ ਤਾਂ ਉਹਦੇ ਮਨ 'ਚ ਕੀ ਗੱਲਬਾਤ ਆ ਉਹ ਸਾਡੇ ਸਾਹਮਣੇ ਰੱਖੇ। ਅਤੇ ਬਾਬੇ ਨੇ 10 ਲੱਖ ਰੁਪਈਏ ਦੀ ਔਫਰ ਕੀਤੀ।
ਸ਼ਨੀ ਐਤਵਾਰ ਦੀ ਘਟਨਾ ਜਦੋਂ ਸ਼ਨੀ ਐਤਵਾਰ ਦੀ ਘਟਨਾ ਸਾਡੇ ਜਾਣ ਦੀ, ਸ਼ਨੀਵਾਰ ਨੂੰ ਜਦੋਂ ਜਾਂਦੇ ਹਾਂ ਉਸ ਰਾਤ ਨੂੰ ਬਾਬੇ ਨੇ ਕਿਹਾ ਵੀ 5 ਲੱਖ ਰੁਪਇਆ ਆਉਂਦੇ ਬੁੱਧਵਾਰ ਨੂੰ ਦਊਂਗਾ ਅਤੇ 5 ਲੱਖ ਉਦੋਂ ਅਗਲੇ ਬੁੱਧਵਾਰ ਨੂੰ ਦਊਂਗਾ, ਉਹ 10 ਲੱਖ ਰੁਪਇਆ ਮੈਂ ਕਿਹਾ ਤੂੰ ਆਪਦੇ ਹੱਥੀ ਦੇਣੇ ਆ। ਉਹ ਕਹਿੰਦਾ ਠੀਕ ਆ। ਮੇਰੇ ਮਨ 'ਚ ਇਹ ਸੀ ਵੀ ਜੇ ਬਾਬੇ ਨੂੰ ਜਵਾਬ ਦਿੱਤਾ ਇਹਨੇ ਭੋਰੇ 'ਚੋਂ ਨਹੀਂ ਨਿਕਲਣਾ, ਹੁਣ ਗੱਲ ਖਿੰਡ ਜਾਣੀ ਆ। ਮੈਂ ਸਿੰਘਾਂ ਨਾਲ ਸਲਾਹ ਕੀਤੀ, ਉਹ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਹਾਂ ਕਰੋ ਪਰ ਇਹਦੇ ਨਾਲ ਸ਼ਰਤ ਰੱਖੋ ਵੀ ਉਹ ਪੈਸੇ ਦੇਣ ਵਾਸਤੇ ਤੈਨੂੰ ਡੇਰੇ 'ਚੋਂ ਬਾਹਰ ਆਉਣਾ ਪਊਗਾ। ਮੈਂ ਉਹਨੂੰ ਹੱਥ ਮਿਲਾਇਆ, ਜੱਫੀ ਪਾਈ, ਫਤਿਹ ਬੁਲਾਈ। ਮੈਂ ਕਿਹਾ ਵੀ ਆਪਣਾ ਇਹ ਸੰਬੰਧ ਆਪਣੀ ਯਾਰੀ ਆਪਣੀ 'ਚ ਹੀ ਰਹੇ, ਪਰ ਮੇਰਾ ਬਾਈ ਇੱਕ ਗੱਲ ਆ ਵੀ 10 ਲੱਖ ਰੁਪਈਏ ਦੇ ਵਿੱਚ ਡੀਲ ਡਨ ਆ, ਪਰ ਤੈਨੂੰ ਕੁੜੀ ਦੇ ਘਰੇ ਜਾ ਕੇ ਪੈਸੇ ਦੇ ਕੇ ਆਉਣੇ ਪੈਣਗੇ ਅਤੇ ਅਸੀਂ ਬਕਾਇਦਾ ਵੀਡੀਓ ਬਣਾਵਾਂਗੇ ਵੀ ਤੂੰ ਕੁੜੀ ਦੇ ਨਾਲ ਆਹ ਜਬਰ ਜਨਾਹ ਕੀਤਾ ਸੀ ਅਤੇ ਉਹਦੀ ਤੁਸ ਆਹ 10 ਲੱਖ ਰੁਪਈਆ ਤੂੰ ਉਹਦੀ ਕੀਮਤ ਤਾਰੀ ਆ। ਉਦੋਂ ਬਾਅਦ ਆਊਗੀ ਸਿੱਖਾਂ ਸਿਧਾਂਤਾਂ ਦੀ ਗੱਲ, ਹਜੇ ਕੰਮ ਛੱਡਣਾ ਨਹੀਂ ਹੈ। ਉਹ ਕਹਿੰਦੇ ਜ਼ਿਆਦਾ ਤਾਂ ਨਹੀਂ ਸਜ਼ਾ ਦਿੰਦੇ। ਮੈਂ ਕਿਹਾ ਵੀ ਅਸੀਂ ਤੈਨੂੰ ਕਿਸੇ ਤਖ਼ਤ ਸਾਹਿਬ 'ਤੇ 1 ਮਹੀਨੇ ਦੀ ਸੇਵਾ ਲਾਵਾਂਗੇ ਪੰਜਾਂ ਸਿੰਘਾਂ ਵੱਲੋਂ, ਜੋੜੇ ਘਰ ਦੀ ਵੀ ਤੂੰ ਫੂਨਾ ਫਾਨਾ ਸੰਗਤ ਤੋਂ ਪਰੇ ਰਹਿ ਕੇ ਜੋੜੇ ਝਾੜਨੇ ਆ। ਉਹ ਕਹਿੰਦੇ ਵੀ ਠੀਕ ਆ। ਐਤਵਾਰ ਆਉਂਦਾ, ਸ਼ਨੀਵਾਰ ਦੀ ਰਾਤ ਅਸੀਂ ਸੌਂਦੇ ਨਹੀਂ ਸਾਰੇ ਸਿੰਘ, ਜਦੋਂ ਅਸੀਂ ਉਹਦੀਆਂ ਵੀਡੀਓ ਰਿਕਾਰਡਿੰਗਾਂ ਦੇਖਦੇ ਹਾਂ। ਬਾਬੇ ਨੂੰ ਮੈਂ ਕਿਹਾ ਬਾਬਾ ਜੀ ਵੀ ਆਪਾਂ ਅੱਜ ਹੀ ਨਿਬੇੜ ਗਏ। ਉਹ ਕਹਿੰਦਾ ਵੀ ਮੇਰੀ ਤਾਂ ਬੁੱਧਵਾਰ ਨੂੰ ਗੱਲ ਹੋਈ ਆ। ਮੈਂ ਕਿਹਾ ਪੈਸੇ ਬੁੱਧਵਾਰ ਨੂੰ ਦੇ ਦੀ, ਲੜਕੀ ਨਾਲ ਗੱਲ ਹੋਈ ਆ। ਉਹ ਕਹਿੰਦੀ ਆ ਵੀ ਜੇ ਬਾਬਾ ਮੁੱਕਰ ਗਿਆ। ਮੈਂ ਕਿਹਾ ਬਾਈ ਸਾਡੇ ਕੋਲ ਵੀ ਸਮਾਂ ਨਹੀਂ ਹੁੰਦਾ, ਤੂੰ ਅੱਜ ਕੋਰਟ ਦੇ ਵਿੱਚ ਆਪਾਂ ਇੱਕ ਪ੍ਰਨੋਟ 'ਤੇ ਲਿਖ ਲਿਖਾ ਕਰ ਲੈਂਦੇ ਹਾਂ, ਕੁੜੀ ਇਹ ਨਾ ਹੋਵੇ ਕਿਸੇ ਹੋਰ ਕੋਲ ਉੱਠ ਜੇ। ਬਾਬਾ ਐਤਵਾਰ ਨੂੰ ਸਮੇਤ ਸਿੰਘ 5-6 ਉਹਦੇ ਨਾਲ ਨਿਹੰਗ ਸਿੰਘ ਹੁੰਦੇ ਆ, ਦੀਪਕ ਢਾਬੇ ਦਾ ਸਮਾਂ ਹੁੰਦਾ ਵਾ, ਉੱਥੇ ਆਉਂਦਾ ਵਾ। ਲੜਕੀ ਸਾਡੀ ਗੱਡੀ 'ਚ ਹੁੰਦੀ ਆ, ਰਮਨਦੀਪ ਕੌਰ, ਉਹਨੂੰ ਮੇਰਾ ਸਮਝਾਇਆ ਹੁੰਦਾ ਵੀ ਬਾਬੇ ਨੂੰ ਤੂੰ ਮਿਲਣਾ ਅਤੇ ਗੱਡੀ 'ਚੋਂ ਉਤਰਨਾ ਹੀ ਨਹੀਂ ਹੈ, ਤੂੰ ਕਿ ਮੈਂ ਤਾਂ ਕਿਤੇ ਸੁੰਨੀ ਜਗ੍ਹਾ 'ਤੇ ਮਿਲਣਾ। ਉੱਥੋਂ ਬਾਬਾ ਗੱਡੀ 'ਤੇ ਖੁਦ ਆਉਂਦਾ, ਚਲਾ ਕੇ ਗੱਡੀ ਬਾਬਾ ਇੱਕ ਰੋਡ 'ਤੇ ਜਾਂਦਾ। ਰੋਡ 'ਤੇ ਜਾ ਕੇ ਜਦੋਂ ਗੱਲਬਾਤ ਪਤਾ ਲੱਗਦੀ ਆ ਵੀ ਇਹਦੀਆਂ ਰਿਕਾਰਡਿੰਗਾਂ ਸੀ ਹੋਰ ਸੁਣੀਆਂ ਹੁੰਦੀਆਂ ਵੀ ਹੋਰ ਬੀਬੀਆਂ ਲੜਕੀਆਂ ਨੂੰ ਇਹਨੇ ਪ੍ਰੈਗਨੈਂਟ ਕੀਤਾ ਸੀ, ਉਹਦੇ ਅਬੋਰਸ਼ਨ ਵੀ ਕਰਵਾਏ ਆ, ਇੱਕ ਕੁੜੀ ਨੂੰ ਉਹਦੇ ਭਰਾ ਨੂੰ ਮਾਰਨ ਦੀ ਧਮਕੀ ਦਿੱਤੀ, ਜੇ ਤੂੰ ਇੰਡੀਆ 'ਚ ਰਹੀ ਤਾਂ ਮਾਰ ਦੂੰਗਾ। ਕੁੜੀ ਅੱਜ ਇੰਡੀਆ ਤੋਂ ਬਾਹਰ ਆ, ਸਾਡੇ ਕੋਲ ਸਾਰੇ ਪ੍ਰੂਫ ਹੈਗੇ ਉਹਨਾਂ ਦੀਆਂ ਰਿਕਾਰਡਿੰਗਾਂ ਨੇ। ਅਸੀਂ ਫਿਰ ਕੀ ਸਕੀਮ ਬਣਾਈ, ਅਸੀਂ ਇਹ ਬਣਾਈ ਵੀ ਇਹਨੂੰ ਆਪਦੀ ਜਗ੍ਹਾ 'ਤੇ ਲਿਜਾਇਆ ਜਾਵੇ। ਗਿਆ ਬਾਬਾ ਆਪਾ ਸਮੇਤ ਸਿੰਘਾਂ ਦੇ, ਉਹ ਕਹਿੰਦੇ ਵੀ ਗੱਲ ਨਾ ਉੱਡੇ, ਜਿੱਥੇ ਕਹੋਗੇ ਚੱਲਾਂਗੇ। ਅਸੀਂ ਕੌਂਕੇ ਚਲੇ ਜਾਂਦੇ ਹਾਂ, ਬਾਈ ਪ੍ਰਦੀਪ ਸਰਪੰਚ ਬੈਠਾ ਇਹਨਾਂ ਦੇ ਉੱਥੇ ਫੈਕਟਰੀ ਦੇ ਵਿੱਚ, ਬਾਬਾ ਬੈਠਾ। 6 ਮਿੰਟ ਦੀ ਵੀਡੀਓ ਆ, ਇੱਧਰ ਲੜਕੀ ਆ ਵਿਚਾਲੇ, ਮੈਂ ਆ ਇੱਧਰ ਬਾਬਾ, ਉਹ ਅਸੀਂ ਪਬਲਿਸ਼ ਕੀਤੀ ਹੋਈ ਆ, ਤੁਸੀਂ ਉੱਥੋਂ ਸੁਣ ਲਿਓ। ਅਸੀਂ ਐਂਡ 'ਤੇ ਇਹ ਕਹਿੰਦੇ ਇਹ ਹੈਗੀ ਤੁਹਾਡੀ ਗੱਲ ਕਲੀਅਰ, ਹੁਣ ਬਾਬਾ ਸਾਨੂੰ ਇਸ ਗੱਲ ਦਾ ਜਵਾਬ ਦੇ ਵੀ ਜਿਹੜੀ ਆਹ ਲੜਕੀ ਨੂੰ 2 ਵਾਰੀ ਪ੍ਰੈਗਨੈਂਟ ਕੀਤਾ, 20 ਸਾਲਾਂ ਦੀ ਕੁੜੀ ਆ, ਅਤੇ ਇਹਦੇ ਤੂੰ ਮਾਰਨ ਦੀ ਧਮਕੀ ਦਿੱਤੀ ਹੈ, ਵੀ ਇਹ ਕਿੱਥੇ ਨਿਬੇੜਾ ਹੋਊਗਾ। ਅਤੇ ਬਾਬੇ ਨੇ ਮੈਨੂੰ ਇਹ ਕਿਹਾ ਵੀ ਤੈਨੂੰ ਜੋ ਚਾਹੀਦਾ ਲੈ ਲਾ। 20 ਲੱਖ ਰੁਪਈਆ ਬਾਬੇ ਨੇ ਮੇਰੇ ਕੋਲ ਉਦੋਂ ਮੰਨਿਆ ਅਤੇ ਨਵੀਂ ਫੋਰਚੂਨਰ ਦੇਣ ਨੂੰ ਮੰਨਿਆ, ਜਿਹਦੀ ਕੀਮਤ 60-70 ਲੱਖ ਰੁਪਈਆ ਬਣਦੀ ਆ, ਵੀ ਤੂੰ ਇੱਥੇ ਹੀ ਚੀਜ਼ ਨੂੰ ਖਤਮ ਕਰ। ਅਸੀਂ ਸਾਰਿਆਂ ਨੂੰ ਬਾਹਰ ਕੱਢ ਕੇ ਬਾਬੇ ਨੂੰ ਕੁੱਟਿਆ, ਛਿੱਤਰ ਮਾਰੇ ਉਹਦੇ, ਟਕਾ ਕੇ ਇਹ ਪੁਲਿਸ ਨੂੰ ਵੀ ਕਿਹਾ, ਇਹ ਲਾਈਵ ਹੋ ਕੇ ਅਸੀਂ ਜ਼ਿੰਮੇਵਾਰੀ ਵੀ ਚੱਕੀ ਹੈ ਵੀ ਚਰਨ ਘਾਟਾਲਾ ਸਾਧ ਬਲਜਿੰਦਰ ਸਿੰਘ ਅਸੀਂ ਕੁੱਟਿਆ, ਅਤੇ ਕੁੱਟਿਆ ਵਾ ਬਸ। ਉਹ ਜਾ ਕੇ ਥਾਣੇ ਪੇਸ਼ ਹੁੰਦਾ, ਸਿਟੀ 1 ਸਿਟੀ ਜਗਰਾਓਂ, ਉੱਥੋਂ ਮੈਨੂੰ ਫੋਨ ਆਉਂਦਾ ਅੰਮ੍ਰਿਤਪਾਲ ਸਿੰਘ SHO ਉੱਥੇ ਵੀ, ਬਾਬਾ ਜੀ ਤੁਹਾਡੇ ਖਿਲਾਫ਼ ਦਰਖਾਸਤ ਆਈ ਇਹਦਾ ਵੀ ਤੁਸੀਂ ਦੱਸੋ। ਮੈਂ ਕਿਹਾ ਬਾਈ ਜੀ ਆਹ ਚੱਕੋ, ਤੁਹਾਨੂੰ ਪ੍ਰੂਫ ਭੇਜ ਤੇ, ਤੁਸੀਂ ਹੁਣ ਵੇਖ ਲਓ ਸੱਚ ਝੂਠ ਕੀ ਆ। ਅੰਮ੍ਰਿਤਪਾਲ ਸਿੰਘ SHO ਮੌਜੂਦਾ ਸਿਟੀ ਜਗਰਾਓਂ ਨਾਲ ਲੇਡੀ ਪੁਲਿਸ ਨੂੰ ਲੈ ਕੇ ਲੜਕੀ ਦੇ 12:30-1 ਵਜੇ ਬਿਆਨ ਹੁੰਦੇ, ਉਹਦੇ ਘਰੇ ਜਾ ਕੇ ਵੀਡੀਓ ਰਿਕਾਰਡ ਆ, ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਹੁੰਦਾ, ਰਾਤੇ ਰਾਤ ਕੁੜੀ ਨੂੰ ਪੁਲਿਸ ਲੈ ਕੇ ਡੇਰੇ ਦੇ ਉੱਤੇ ਸ਼ਨਾਖਤ ਕਰਕੇ ਆਉਂਦੀ, ਵੀਡੀਓ ਰਿਕਾਰਡ ਆ, ਅਤੇ ਬਾਬੇ 'ਤੇ ਬਲਾਤਕਾਰ ਦਾ ਪਰਚਾ ਹੁੰਦਾ। ਇੱਧਰੋਂ ਦਿਨ ਚੜ੍ਹਦਾ ਅਗਲਾ, ਸੋਮਵਾਰ
ਤੇ ਮੈਂ ਰਾਤ SHO ਨੂੰ ਇਹ ਗੱਲ ਕਹਿਣਾ ਅੰਮ੍ਰਿਤਪਾਲ ਸਿੰਘ ਨੂੰ, ਬਾਈ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਬਹੁਤ ਮਦਦ ਕੀਤੀ ਆ, ਹਜੇ ਵੀ ਮੈਸੇਜ ਉਵੇਂ ਪਏ ਆ ਉਹਦੇ, ਤੁਸੀਂ ਸਿੱਖਾਂ ਦੀ ਸੁਣਵਾਈ ਕੀਤੀ ਇੱਕ ਲੜਕੀ ਦੀ, ਤੁਸੀਂ ਉਹਦੇ ਪੱਤ ਢਕੀ ਆ ਉਹਦੀ, ਅਤੇ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ, ਬਾਬੇ ਦੇ ਦੋ ਮੋਬਾਈਲ ਆ ਸਾਡੇ ਕੋਲ, ਅਤੇ ਬਾਬੇ ਤੋਂ ਸਾਨੂੰ ਦੋ DVR ਮਿਲੇ, ਉਹ ਵੀ ਮੇਰੇ ਕੋਲ ਆ, ਇੱਕ ਮੋਬਾਈਲ ਅਤੇ ਦੋ DVR ਸਾਡੀ ਦੂਜੀ ਗੱਡੀ 'ਚ ਚਲੇ ਗਏ, ਇੱਕ ਮੋਬਾਈਲ ਮੇਰੇ ਕੋਲ ਆ ਬਾਈ ਜੀ ਆਹ ਚੱਕੋ ਪੁਲਿਸ ਨੂੰ ਦਿੱਤਾ, ਦੂਜਾ ਮੋਬਾਈਲ ਅਗਲੇ ਦਿਨ ਬਾਈ ਜੀ ਹੁਣੀ ਫੜਾਉਂਦੇ ਆ, DVR ਕੋਲ ਰਹਿ ਜਾਂਦੇ ਆ, ਅਤੇ ਅਗਲੇ ਦਿਨ ਫੋਨ ਆਉਂਦਾ ਮੈਨੂੰ, ਕਹਿੰਦੇ ਤੁਹਾਡੇ 'ਤੇ ਪਰਚਾ ਦੇਣ ਲੱਗੇ ਹਾਂ ਕਿਡਨੈਪਿੰਗ ਦਾ, ਅਤੇ ਬਾਬੇ ਦੇ ਡੇਰੇ 'ਚ ਮਾਰੇ ਡਾਕੇ ਦਾ। ਮੈਂ ਕਿਹਾ ਵੀ ਇਹ ਕੀ ਹੋਈ, ਵੀ ਤੁਸੀਂ ਤਾਂ ਸੁਣਵਾਈ ਨਹੀਂ ਹੈਗੀ ਸਿੱਖਾਂ ਦੀ। ਫਿਰ ਅਸੀਂ ਮੈਂ ਇਹਨਾਂ ਨੂੰ ਕਿਹਾ ਵੀ ਆਪਣੇ ਕੋਲ ਕੀ ਆ DVR, ਮੈਂ ਕਿਹਾ ਨਹਿਰ ਨੂਰ 'ਚ ਸੈੱਟ ਦਿਓ, ਉਹਦੇ 'ਚੋਂ ਵੀਡੀਓ ਕੱਢ ਲਓ ਜੇ ਕੋਈ ਚਾਹੀਦੀਆਂ ਚੀਜ਼, 'ਚੋਂ ਅਸੀਂ 6 ਵੀਡੀਓ ਕੱਢੀਆਂ ਬਾਬੇ ਨੇ ਇੱਕ। ਹੁਣ ਕਹਾਣੀ ਚੱਲਦੀ ਆ ਦੂਜੇ ਕੇਸ ਦੀ, ਇੱਕ ਲੜਕੀ ਜਗਰਾਓ ਤੋਂ, ਉਹਦਾ ਪਰਿਵਾਰ ਬਾਬੇ ਨੂੰ ਮੰਨਦਾ ਸੀ ਅਤੇ ਡੇਰੇ 'ਚ ਆਉਣ ਜਾਣ ਸੀ, ਪਰਿਵਾਰ ਦੇ ਵਿੱਚ ਕਲੇਸ਼ ਚੱਲਦਾ ਸੀ ਕਿਸੇ ਗੱਲ ਨੂੰ ਲੈ ਕੇ, ਉਹ ਕੁੜੀ ਬਾਬੇ ਨੂੰ ਕਹਿੰਦੀ ਬਾਬਾ ਜੀ ਕਿਰਪਾ ਕਰੋ, ਤੁਹਾਡਾ ਕਹਿਣਾ ਸਾਡਾ ਪਰਿਵਾਰ ਮੰਨਦਾ, ਮੇਰਾ ਭਰਾ ਮੰਨਦਾ, ਮੇਰਾ ਭਰਾ ਨਸ਼ੇ ਕਰਕੇ ਮੇਰੇ ਮਾਂ ਪਿਓ ਨੂੰ ਕੁੱਟਦਾ, ਸਾਨੂੰ ਕੁੱਟਦਾ, ਤੁਸੀਂ ਉਹਨੂੰ ਸਮਝਾਓ। ਬਾਬਾ ਲੜਕੀ ਨੂੰ ਕਹਿੰਦਾ ਪੁੱਤ ਜਗਰਾ ਮੋਗੇ ਤੋਂ ਡਰੋਲੀ ਭਾਈ ਇੱਕ ਸਥਾਨ ਆ, ਜੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਅਰਦਾਸ ਕਰੇ ਉਹ ਸੁਣੀ ਜਾਂਦੀ ਹੈ, ਜੇ ਤੂੰ ਵਿਹਲੀ ਹਾਂ ਤਾਂ ਆਪਾਂ ਚੱਲ ਗਏ। ਉਹ ਕਹਿੰਦੀ ਵੀ ਜੇ ਬਾਬਾ ਸਾਡਾ ਘਰ ਵੱਜਦਾ ਤਾਂ ਸਾਨੂੰ ਲੈ ਚੱਲ। ਬਾਬਾ ਆਪਦੇ ਨਾਲ ਇੱਕ ਸਿੰਘ ਲੈ ਕੇ ਜਾਂਦਾ, ਲੜਕੀ ਨੂੰ ਗੁੰਮਰਾਹ ਕਰਕੇ ਜਗਰਾਓਂ ਤੋਂ ਚੱਕਿਆ ਜਾਂਦਾ, ਮੋਗੇ ਲੈ ਕੇ ਜਾਂਦੇ ਆ, ਜਾਂਦੇ ਹੋਏ ਰਾਹ 'ਚ ਰੁਕਦੇ ਆ ਵੀ ਇੱਥੇ ਕੈਂਗਡਮ ਹੋਟਲ ਆ ਬਾਬਾ ਰੋਟੀ ਖਾ ਲਏ, ਲੜਕੀ ਨੇ ਬਾਬੇ ਦੀ ਕਿੱਥੇ ਮੋੜਨੀ ਆ, ਉਹ ਕਹਿੰਦੀ ਠੀਕ ਆ ਮਹਾਂਪੁਰਖੋ, ਅਤੇ ਉੱਥੇ ਜਦੋਂ ਰੁਕੇ 106 ਨੰਬਰ ਕੈਂਗਡਮ ਹੋਟਲ ਦੇ ਵਿੱਚ ਕਮਰਾ ਲਿਆ ਬਾਬੇ ਨੇ, ਲੜਕੀ ਨੂੰ ਅੰਦਰ ਵਾੜਿਆ, ਨਾਲ ਜਿਹੜਾ ਚਰਨਜੀਤ ਸਿੰਘ ਸੇਵਾਦਾਰ ਸੀ ਉਹਨੂੰ ਗੱਡੀ ਦੇ ਕੇ ਪਰੇ ਕੀਤਾ, ਅਤੇ ਜਦੋਂ ਕਮਰੇ ਦੀ ਕੁੰਡੀ ਲੱਗੀ ਬਾਬੇ ਨੇ ਲੜਕੀ ਨੂੰ ਕੁੱਟਿਆ ਅਤੇ ਉਹਦੇ ਕੱਪੜੇ ਲਵਾ ਕੇ ਵੀਡੀਓ ਬਣਾਈ ਅਤੇ ਉਹਦੇ ਨਾਲ ਜਬਰ ਜਨਾਹ ਕੀਤਾ, ਅਤੇ ਇਹ ਕਿਹਾ ਵੀ ਜੇ ਕੋਈ ਗੱਲਬਾਤ ਲੀਕ ਕੀਤੀ ਤਾਂ ਸਾਰਾ ਕੁਝ ਮੈਂ ਨੈੱਟ 'ਤੇ ਚਾੜ ਦੂੰ ਅਤੇ ਤੇਰੇ ਭਰਾ ਨੂੰ ਮਰਾ ਦੂੰਗਾ। ਉਹ 6 ਤਰੀਕ 5ਵੇਂ ਮਹੀਨੇ ਦੀ 2024 ਤੋਂ ਲੈ ਕੇ ਹੁਣ ਤੱਕ ਉਸ ਕੁੜੀ ਦੇ ਨਾਲ ਜਬਰ ਜਨਾਹ ਹੁੰਦਾ ਆ। ਇਹ ਗੱਲ ਸਾਨੂੰ ਪਤਾ ਨਹੀਂ ਸੀ, ਇਹ ਗੱਲ ਅਸੀਂ ਬਹੁਤ ਫਿਕਰ ਕਰਦੇ ਸਾਡੀ ਭੈਣ ਆ। ਅਤੇ 5ਵੇਂ ਮਹੀਨੇ ਦੀ 6 ਤਰੀਕ 2024 ਨੂੰ ਇਹ ਵਾਰਦਾਤ ਹੋਈ ਮੋਗੇ ਦੇ ਵਿੱਚ, ਸਾਨੂੰ ਨਹੀਂ ਪਤਾ, ਅਸੀਂ ਉਹ DVR 'ਚੋਂ 5 ਕੱਢੀਆਂ ਵੀਡੀਓ ਤੋਂ ਛਾਣਬੀਣ ਕੀਤੀ ਵੀ ਕੁੜੀ ਕੌਣ ਆ। ਜਦੋਂ ਅਸੀਂ ਕਿਸੇ ਕੰਮ ਨੂੰ ਲੈ ਕੇ, ਮੇਰੇ ਇੱਕ ਕੇਸ ਚੱਲਦਾ ਦਿੱਲੀ ਦੇ ਵਿੱਚ, ਉੱਥੇ ਗਏ ਹੋਏ ਸੀ, ਰਾਹ 'ਚੋਂ ਫੋਨ ਆਉਂਦਾ ਵੀ ਬਾਬਾ ਹੁਣ ਤੇਰਾ ਕੰਮ ਹੋ ਗਿਆ। ਮੈਂ ਕਿਹਾ ਕੀ ਹੋਇਆ, ਕਹਿੰਦਾ ਵੀ ਕੁੜੀ ਤੋਂ ਪੁਲਿਸ ਨੇ ਬਿਆਨ ਮੁਕਰਾ ਲਏ ਰਮਨਦੀਪ ਕੌਰ ਤੋਂ ਵੀ ਮੇਰਾ ਰੇਪ ਨਹੀਂ ਹੋਇਆ, ਅੰਮ੍ਰਿਤਪਾਲ ਸਿੰਘ ਨੇ ਰਮਨਦੀਪ ਕੌਰ ਨੂੰ ਕਿਡਨੈਪ ਕਰਕੇ ਰੱਖਿਆ ਹੋਇਆ ਸੀ ਅਤੇ ਝੂਠਾ ਬਾਬੇ 'ਤੇ ਪਰਚਾ ਦਵਾਇਆ, ਬਾਬੇ ਨੇ ਵੀ ਕਿਡਨੈਪਿੰਗ ਦੀ ਤੇਰੇ 'ਤੇ ਦਰਖਾਸਤ ਦਿੱਤੀ ਅਤੇ ਲੜਕੀ ਨੇ ਵੀ ਦੇਤੀ, ਲੜਕੀ ਨੇ ਐਫੀਡੈਵਿਟ, DSP ਜਸਜੋਤ ਦਾ ਕਹਿਣਾ ਵੀ ਲੜਕੀ ਨੇ ਐਫੀਡੈਵਿਟ ਦੇਤਾ ਵੀ ਅੰਮ੍ਰਿਤਪਾਲ ਸਿੰਘ ਨੇ ਧੱਕੇ ਨਾਲ ਬੰਦੂਕ ਦੀ ਨੋਕ 'ਤੇ ਸਾਥੋਂ ਪਰਚਾ ਕਰਵਾਇਆ, ਅਤੇ ਇਹ ਦੋ ਪਰਚੇ ਅੰਮ੍ਰਿਤਪਾਲ ਸਿੰਘ ਮਹਿਰੋ 'ਤੇ ਹੋਣਗੇ, ਨਹੀਂ ਤਾਂ ਸਾਨੂੰ ਆ ਕੇ ਮਿਲੇ, ਅਤੇ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਜਿਹੜੀ ਲੜਕੀ ਦੀ ਖਾਤਰ ਅਸੀਂ ਸਿਰ ਤਲੀ 'ਤੇ ਧਰ ਕੇ ਜਗਰਾਓਂ 'ਚ ਐਂਟਰ ਹੋਏ ਸੀ, ਅਤੇ ਉਹਨੇ ਅੱਜ ਬਿਆਨ ਸਾਡੇ ਉਲਟ ਦੇਤੇ, ਸਾਡੇ 'ਤੇ ਕੀ ਬੀਤੂਗੀ, ਅਸੀਂ ਉੱਥੇ ਇਕੱਠ ਕਰਦੇ ਰਹੇ ਹਾਂ। ਅਤੇ ਜਦੋਂ ਪਤਾ ਕੀਤਾ ਮੈਂ ਕੁੜੀ ਨੂੰ ਫੋਨ ਲਾਇਆ, ਕੁੜੀ ਨੇ ਸਾਨੂੰ ਬਲੌਕ ਕੀਤਾ ਹੋਇਆ ਸੀ, ਮੈਂ ਨਹੀਂ ਇਹ ਗੱਲ ਕਹਿੰਦਾ ਮੀਡੀਆ ਦੇ ਵਿੱਚ ਲੜਕੀ ਨੇ ਬਿਆਨ ਬਦਲੇ ਆ, ਮੈਂ ਪੜ੍ਹੇ ਨਹੀਂ, ਮੈਂ ਸੁਣੇ ਨਹੀਂ, ਪਰ ਉਦੇ ਦੀ ਲੜਕੀ ਜਿੱਦੇ ਬਾਬਾ ਜੇਲ੍ਹ 'ਚ ਜਾਂਦਾ ਉਦੇ ਦੀ ਲੜਕੀ ਮਿਸਿੰਗ ਆ, ਲਾਪਤਾ, DSP ਜਗਰਾਓਂ ਕੁੜੀ ਦਾ ਪਤਾ ਕਰਕੇ ਦੱਸੇ ਕੁੜੀ ਹੈ ਕਿੱਥੇ, ਜੇ ਕੁੜੀ ਨੂੰ ਅਸੀਂ ਕਿਡਨੈਪ ਕੀਤਾ ਵਿਦ ਪਰੂਫ ਸਾਨੂੰ ਸਾਬਤ ਕਰੇ ਅਤੇ ਅਸੀਂ ਪਰਚਾ ਲੈਣ ਲਈ ਤਿਆਰ ਹਾਂ, ਪੁਲਿਸ ਸਾਨੂੰ ਕਿਡਨੈਪ।